ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਵੇਖ ਰਹੇ ਤੁਸੀਂ ਆਪਣਾ ਕਰਨਾਣਾ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਬਲਾਲ ਅਜ਼ਮਤ ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਦਾ ਇਨਸ਼ਾਅੱਲਾ ਉਮੀਦ ਕਰਦਾ ਵੀਡੀਓ ਨੂੰ ਪਸੰਦ ਵੀ ਕਰ ਦਿਓ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਹਰ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਤੁਹਾਡੇ ਤੱਕ ਬਸਾਨੀ ਪਹੁੰਚ ਸਕੇ ਲਓ ਜੀ ਵੀਡੀਓ ਇਸ ਤਰ੍ਹਾਂ ਹੀ ਬਣਾਉਣ ਲੱਗਿਆ ਬਸ ਸਿਲਸਿਲੇਵਾਰ ਵੀਡੀਓ ਵਾਰ ਆ ਜੁਮੇਰਾਤ ਤਰੀਕ 26 ਸਤੰਬਰ 2024 ਜ਼ਿਲ੍ਹਾ ਸੀਲ ਗੁਜਰਾਤ ਪਿੰਡ ਸਾਹਿਬ ਲਖੋ ਮਦਸਰ ਗੁਜਰ ਸਾਹਿਬ ਦੀ ਵੀਡੀਓ ਗੁਜਰ ਸਾਹਿਬ ਨੇ 5 ਗਾਵਾਂ ਲੈਣੀਆਂ ਨੇ ਮਾਸ਼ਾਅੱਲਾ 5 ਗਾਵਾਂ ਜ਼ਰਾ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀਆਂ ਨੇ ਜਿਨ੍ਹਾਂ ਚੋਂ 4 ਗਾਵਾਂ ਸੱਜੇ ਹੋਣ ਦੀਆਂ ਤੇ 1 ਗਾਂ ਜਿਹੜੀ ਹੋਵੇ ਦੀ ਉਹ ਫਰਮੈਸ਼ੀ ਹੋਵੇ ਦੀ ਮਾਸ਼ਾਅੱਲਾ 5 ਗਾਵਾਂ 21 ਦੀ ਤੋਂ ਚੰਗੀਆਂ ਹੋਣ ਦੀਆਂ ਫਰਮੈਸ਼ੀ ਵੀ ਜਿਹੜੀ ਹੋਵੇ ਦੀ ਨਾ ਉਹ ਮਾਸ਼ਾਅੱਲਾ ਨਯਾਬ ਗਾਂ ਹੋਵੇ ਦੀ ਬਹਰਾਲ ਜਿਹੜੀਆਂ ਗਾਵਾਂ ਨੇ ਨਾ ਸੱਜੇ ਚਾਰੇ ਮੈਂ ਕਹਿੰਦਾ ਇਹਦੇ ਨਾਲ ਦੀਆਂ ਘੱਟ ਘੱਟ ਗਾਵਾਂ ਹੋਣ ਦੀਆਂ ਜਿਹੜੀ ਮੇਰੇ ਪਿਛਲੇ ਪਾਸੇ ਗਾਂ ਖੜੀ ਹੈ ਨਾ ਮਾਸ਼ਾਅੱਲਾ ਅਸਲ ਜਿਹਨੂੰ ਆਖਦੇ ਨੇ ਨਾ ਗਾਂ ਉਹ ਗਾਂ ਹੋਵੇ ਦੀ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਗੁਜਰ ਸਾਹਿਬ ਕੋਲ ਲੈਂਦੇ ਆ ਸਾਰੀ ਗੱਲਬਾਤ ਨੇ ਜਿਹੜੀ ਉਹ ਗੁਜਰ ਸਾਹਿਬ ਨਾਲ ਕਰ ਲੈਂਦੇ ਆ ਤੇ ਜਿਹੜੀ ਫਰਮੈਸ਼ੀ ਹੋਵੇ ਦੀ ਉਹ ਸਿਰਫ ਉਹਦਾ ਨਾਂ ਫਰਮੈਸ਼ੀ ਹੋਵੇ ਦਾ ਕੰਮ ਉਹਦੇ ਨੇ ਨਾ ਜਿਹੜੇ ਉਹ ਸਜਰੀਆਂ ਵਾਲੀ ਆਉਣ ਦੇ ਬਾਕੀ ਗੁਜਰ ਸਾਹਿਬ ਆਓ ਵੀਡੀਓ ਸ਼ੁਰੂ ਕਰੀਏ 5 ਗਾਵਾਂ ਨੇ ਪੁੱਛ ਲੈਂਦੇ ਆ 5 ਦੀ ਸੇਲ ਕਿੰਨੀਆਂ ਹੋ ਗਈਆਂ ਨੇ ਰੇਟ ਕਿੰਨੀਆਂ ਦਾ ਲਾਣਾ ਆਓ ਜੀ ਗੁਜਰ ਸਾਹਿਬ ਅਸਲਾਮ ਅਲੈਕਮ ਵਾਲੇਕਮ ਸਲਾਮ ਬਲਾਲ ਸਾਹਿਬ ਸੁਣਾਓ ਜੀ ਅੱਲਾ ਦਾ ਸ਼ੁਕਰ ਠੀਕ ਠਾਕ ਤੁਸੀਂ ਸੁਣਾਓ ਗੁਜਰ ਸਾਹਿਬ ਅੱਲਾ ਪਾਕ ਦੀ ਬੜੀ ਰਹਿਮਤ ਹੈ ਅਲਹਮਦੁਲਿਲਾ ਸ਼ੁਕਰ ਮਾਲਕ ਦਾ ਮਾਸ਼ਾਅੱਲਾ ਗੁਜਰ ਸਾਹਿਬ ਆਏ 5 ਗਾਵਾਂ ਨੇ ਜਿਨ੍ਹਾਂ ਦਾ ਰੇਟ ਲਾਣਾ ਜੀ ਬਿਲਕੁਲ ਜਿਨ੍ਹਾਂ ਦੀ ਵੀਡੀਓ ਬਣਾਣੀ ਹੈ ਆਂਦੀਆਂ ਹੀ 5 ਨਹੀਂ ਆ ਗਾਵਾਂ ਵਿੱਚੋਂ ਸੇਲ ਵੀ ਹੋ ਗਈਆਂ ਨੇ 5 ਹੀ ਆਂਦੀਆਂ ਨੇ ਇਹਨਾਂ ਦੀ ਸੇਲ ਹੋਈ ਹੈ ਜਾਂ ਨਹੀਂ ਇਹਨਾਂ ਵਿੱਚ ਵੀ ਨਹੀਂ ਹੋਈ 5 ਗਾਵਾਂ ਦਾ ਰੇਟ ਲਾਣਾ ਮੈਂ ਕਹਿੰਦਾ ਇਨਸ਼ਾਅੱਲਾ ਗਾਵਾਂ ਜਿਸ ਟਾਈਮ ਵੇਖਣ ਦੇ ਨਾ ਭਰਾ ਜੀ 5 ਅੱਛਾ ਤੇ 50 ਨੂੰ ਭੁੱਲ ਜਾਣ ਜੀ ਉਹ ਭਰਾਵਾਂ ਨੂੰ ਦੱਸਿਆ 5 ਗਾਵਾਂ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀਆਂ ਨੇ ਇੰਜ ਦੀਆਂ ਗਾਵਾਂ ਰੋਜ਼ ਰੋਜ਼ ਨਹੀਂ ਆਉਣ ਲੱਗੀਆਂ ਇੰਜ ਦਾ ਜਿਹੜਾ 5 ਲੱਗਿਆ ਨਾ ਅੱਜ ਮਾਸ਼ਾਅੱਲਾ ਉਹ ਚਲੋ ਫਿਰ ਭਰਾ ਇਨਸ਼ਾਅੱਲਾ ਵੇਖਣ ਦੇ ਤੇ ਇਨਸ਼ਾਅੱਲਾ ਭਰਾਵਾਂ ਦੀ ਤਬੀਅਤ ਖੁਸ਼ ਹੋਵੇ ਜੀ ਕਰੀਏ ਸ਼ੁਰੂ ਲਿਆਓ ਜੀ ਗਾਂ ਨੰਬਰ 1 ਲਿਆਓ ਲਓ ਜੀ ਗਾਂ ਨੰਬਰ ਆ ਗਈ ਜੀ 1 ਮਾਸ਼ਾਅੱਲਾ ਜੀ ਚੁੰਗੀ ਗਾਂ ਆਈ ਜੀ ਗਾਵਾਂ ਭਰਾਵਾਂ ਨੇ ਤਸੱਲੀ ਨਾਲ ਹੁਣ ਵੇਖ ਲੈਣੀਆਂ ਨੇ ਅੱਜ ਮਾਸ਼ਾਅੱਲਾ ਗੁਜਰ ਸਾਹਿਬ ਕੀ ਸਵਾਲ ਆਇਆ ਗਾਂ ਨੇ ਬਲਾਲ ਸਾਹਿਬ ਸੂਆ ਵੈੜੀ ਨੇ ਲਾਇਆ ਦੂਸਰਾ ਸੂਆ ਲਾਇਆ ਤੂੰ ਸੂਈ ਕਿੰਨੇ ਦਿਨਾਂ ਦੀ ਏ ਕੱਲ ਸਵੇਰ ਦੀ ਵੈੜੀ ਸੂਈ ਏ ਕੱਲ ਸਵੇਰ ਦੀ ਸੂਈ ਹੋਵੇ ਦੀ ਮਗਰ ਵੱਛਾ ਮਗਰ ਹੋਵੇ ਦਾ ਵੱਛਾ ਠੀਕ ਹੈ ਜੀ ਚੁੰਗੀ ਹੋਵੇ ਦੀ ਗਾਂ ਮਾਸ਼ਾਅੱਲਾ ਤੇ ਹਾਈਟ ਤੇ ਲੰਬਾਈ ਵਾਲੀ ਹੋਵੇ ਦੀ ਜ਼ਿੰਦਾਬਾਦ ਗੁਜਰ ਸਾਹਿਬ ਨਾੜੂ ਵੀ ਵਹਾ ਦੇ ਜੀ ਕੱਚਾ ਨਾੜਾ ਜਿਹੜਾ ਨਾਲ ਹੋਵੇ ਦਾ ਬੱਚੇ ਦਾ ਮਾਸ਼ਾਅੱਲਾ ਦੋ ਚਵਾਈਆਂ ਹੋਈਆਂ ਨੇ ਜੀ ਠੀਕ ਹੈ ਅੱਛਾ ਗੁਜਰ ਸਾਹਿਬ ਇੱਕ ਉਹਨਾਂ ਦੇ ਡੇਰੇ ਤੇ ਅਸੀਂ ਕੀਤੀ ਤੇ ਇੱਕ ਆਪਣੇ ਡੇਰੇ ਤੇ ਠੀਕ ਹੋ ਗਿਆ ਜੀ ਮਾਸ਼ਾਅੱਲਾ 10 ਕਿਲੋ ਪਹਿਲਾਂ ਬੋਲਾ ਉੱਥੇ ਕੱਢਿਆ ਸੀ ਜੀ ਕੀ ਬਾਤ ਹੈ 9 ਕਿਲੋ ਸੁਬਾ ਵੀ ਬੋਲਾ ਦਿੱਤਾ ਸੀ ਤਕਰੀਬਨ 5 ਵਜੇ ਜਿਹੜਾ ਇੱਥੇ ਆਪਣੇ ਡੇਰੇ ਤੇ ਦਿੱਤਾ ਸੀ ਇੱਕ ਵਾਰੀ ਸਿੰਘ ਵਹਾਈ ਇਹਨੂੰ ਆਖਦੇ ਨੇ ਝੁੰਗੀ ਅਸਲ ਝੁੰਗੀ ਅਸਲ ਝੁੰਗੀ ਥਾਣੇ ਜਿਹੜਾ ਮੁੱਠ ਮੁੱਠ ਦਾ ਤੇ ਸ਼ਾਹ ਕਾਲਾ ਸੋਹਣਾ ਮਾਸ਼ਾਅੱਲਾ ਗੁਜਰ ਸਾਹਿਬ ਗਾਂ ਕੋਲੇ ਇਸ ਟਾਈਮ ਹਾਜ਼ਰ ਮੁੱਕਿਆ ਕਿੰਨਾ ਕੁ ਬੋਲਾ ਹੋਵੇਦਾ ਵੈੜੀ ਕੱਲ ਦੀ ਸੂਈ ਹੈ ਪਿਛਲੇ ਟਾਈਮ ਦੀ ਜੀ ਗੁਜਰ ਸਾਹਿਬ 2 ਚਵਾਈਆਂ ਹੋਈਆਂ ਨੇ 2 ਅੱਲਾ ਦੇ ਹੁਕਮ ਨਾਲ ਦੁੱਧ 24-25 ਕਿਲੋ ਚਵਾਣਾ ਸੂ ਮਾਸ਼ਾਅੱਲਾ ਠੀਕ ਹੈ ਨਸਲ ਤਗੜੀ ਹੈ ਜੀ ਕੀ ਬਾਤ ਹੈ ਤੇ ਹਾਜ਼ਰ ਵਕਤ ਜਿਹੜਾ ਦੁੱਧ ਹੈ ਨਾ ਜੀ ਗੁਜਰ ਸਾਹਿਬ ਤਕਰੀਬਨ 17-18 ਕਿਲੋ ਬੋਲਾ ਹੈ 17 ਤੋਂ 18 ਸੇਰ ਬੋਲਾ ਬੋਲਾ ਹੋਵੇਦਾ ਇਸ ਟਾਈਮ ਹਾਜ਼ਰ ਮੋਕਿਆ ਹਾਜ਼ਰ ਮੋਕਿਆ ਕੋਈ ਵੀ ਭਰਾ ਚੋਲੇ ਆਪਣਾ ਆਣ ਕੇ ਪੂਰਾ ਕਰ ਸਕਦਾ ਹੈ ਨਾਲੇ ਆ ਜਿਹੜੀ ਨਸਲ ਹੈ ਨਾ ਜਰਸੀ ਤੇ ਫਰੀਦੀ ਹੈ ਜੀ ਮਾਸ਼ਾਅੱਲਾ ਇਹ ਬਹੁਤ ਚੰਗੀ ਚੀਜ਼ ਹੈ ਕੀ ਬਾਤ ਹੈ ਗੁਜਰ ਸਾਹਿਬ ਲਿਬਾਸ ਵੀ ਤੇ ਜਿਸਮ ਵੀ ਕਾਗਜ਼ੀ ਤੇ ਲਿਬਾਸ ਹੈ ਨਾ ਜਿਹੜਾ ਵੀ ਕਾਗਜ਼ੀ ਹੋਵੇ ਦਾ ਤੇ ਮਾਸ਼ਾਅੱਲਾ ਹੋਵੇ ਦਾ ਉਹ ਪੂਰੀ ਪੰਡ ਲਾਈ ਗੁਜਰ ਸਾਹਿਬ ਕੀ ਮੁੱਲ ਹੈ ਗਾਂ ਨੰਬਰ 1 ਦਾ ਕੀ ਹਾਲ ਸੀ ਗਾਂ ਦਾ ਮੁੱਲ ਲੰਮਾ ਚੋੜਾ ਕੋਈ ਨਹੀਂ ਜੀ
ਗਾਂ ਇਹੋ ਜਿਹੀ ਦਾ ਮੁੱਲ ਪਿਆ ਤੁਸੀਂ ਸੁਣਦਾ ਰਹਿੰਦਾ ਰੋਜ਼ ਵੀਡੀਓ ਬਣਾਉਂਦਾ ਥਾਂ ਥਾਂ ਤੇ ਜੇ ਬਣਦੀਆਂ ਨੇ ਇਹੋ ਜਿਹੀ ਗਾਂ ਦਾ ਮੁੱਲ ਬੰਦੇ ਪੇ ਲਾਉਂਦੇ ਨੇ 6-6 ਠੀਕ ਹੈ ਲੇਕਿਨ ਅਸੀਂ ਉਹ ਮੁੱਲ ਨਹੀਂ ਲਾਣਾ ਅੱਛਾ ਅਸੀਂ ਗਾਵਾਂ ਦੇਣ ਵਾਸਤੇ ਲਿਆਉਂਦੇ ਹਾਂ ਜੇ ਗੁਜਰ ਸਾਹਿਬ ਹਰ ਵਾਰ ਦੇਈ ਦੀਆਂ ਨੇ ਤੇ ਅੱਗੋਂ ਨਵੀਆਂ ਲਿਆ ਤਾਂ ਹੀ ਨਵੀਆਂ ਆਉਂਦੀਆਂ ਨੇ ਹਰ ਵਾਰ ਤੇ ਦੋ ਵੀਡੀਓ ਤਾਂ ਹੀ ਲੱਗਦੀਆਂ ਨੇ ਜੇ ਗੱਲ ਸਹੀ ਕਰੀ ਦੀ ਜੀ ਜ਼ਿੰਦਾਬਾਦ ਮਾਸ਼ਾਅੱਲਾ ਇੱਕ ਵੀਡੀਓ ਲਵਾਉਣ ਔਖੀ ਹੈ ਜੀ ਔਖੀ ਹੈ ਅੱਛਾ ਇੱਥੇ ਦੋ ਬਣਦੀਆਂ ਨੇ ਜਿਹੜੇ ਭਰਾ ਨੂੰ ਵੈੜੀ ਲੱਗੀ ਚੰਗੀ ਜੀ ਗੁਜਰ ਸਾਹਿਬ ਪਹਿਲੇ ਨੰਬਰ ਵਾਲੀ ਠੀਕ ਹੈ 5,10,000 ਦੀ ਫਾਈਨਲ ਦੇ ਸਰ 5,10,000 ਦੀ ਗਾਂ ਨੰਬਰ 1 ਦੇ ਦਰਾਂ ਦੇ ਜਿਹੜੇ ਵੀ ਕਿਸੇ ਭਰਾ ਦੇ ਗਾਂ ਦੀ ਪਸੰਦ ਵੈੜੀ ਵੀ ਵੇਖ ਲੈਣੀ ਤਸੱਲੀ ਨਾਲ ਵੈੜੀ ਦਾ ਥਣ ਵੀ ਵੇਖਣਾ ਮੁੱਠ ਤੋਂ ਵੱਧ ਹੋਵੇ ਤੇ ਤਾਂ ਖੜਨੀ ਮਾਸ਼ਾਅੱਲਾ ਕੀ ਬਾਤ ਹੈ ਗੁਜਰ ਸਾਹਿਬ ਜ਼ਿੰਦਾਬਾਦ ਅੱਲਾਹ ਪਾਕ ਦੇ ਹੁਕਮ ਨਾਲ 20-22 ਕਿਲੋ ਕਰੇ ਦੀ ਜੀ ਠੀਕ ਹੈ ਅੱਲਾਹ ਪਾਕ ਜੀ ਖੈਰ ਕਰੇ ਜੀ ਅੱਗੇ ਲਿਆਓ ਜੀ ਗਾਂ ਨੰਬਰ 2 ਜਿਹਦਾ ਰੁਗ ਰੁਗ ਦਾ ਥਣ ਲੱਗੇ ਹੈ ਮਾਸ਼ਾਅੱਲਾ ਕੀ ਬਾਤ ਹੈ ਜੀ ਲਓ ਜੀ ਗਾਂ ਨੰਬਰ ਅੱਗੇ ਆ ਗਈ ਜੀ 2 ਮਾਸ਼ਾਅੱਲਾ ਬੋਧਾ ਵੀ ਸੋਹਣਾ ਗੁਜਰ ਸਾਹਿਬ ਸੋਹਣੀ ਆਰ ਸ਼ਾਹੀ ਸੋਹਣੀ ਹੋ ਗਈ ਇਨਸ਼ਾਅੱਲਾ ਕੀ ਬਾਤ ਹੈ ਜੀ ਜ਼ਿੰਦਾਬਾਦ ਕੱਢੋ ਜੀ ਗਾਂ 2 ਨੰਬਰ ਆਈ ਜੀ ਗਾਂ ਤਸੱਲੀ ਨਾਲ ਭਰਾਵਾਂ ਨੇ ਸ਼ੌਕ ਕਰ ਲੈਣਾ ਗਾਂ ਦਾ ਇੱਕ ਵਾਰੀ ਕੀ ਬਾਤ ਹੈ ਜੀ ਮਾਸ਼ਾਅੱਲਾ ਜ਼ਿੰਦਾਬਾਦ ਗੁਜਰ ਸਾਹਿਬ ਲਓ ਜੀ ਅੱਗੇ ਆਏ ਜੀ ਗਾਂ ਨੰਬਰ 2 ਗੁਜਰ ਸਾਹਿਬ ਕੀ ਸਵਾਲ ਆਏ ਆ ਗਾਂ ਨੇ ਸੂਆ ਵੈੜੀ ਨੇ ਬਲਾਲ ਲਾਇਆ ਜੀ ਦੂਜਾ ਦੂਸਰਾ ਸੂਆ ਗਾਂ ਨੇ ਲਾਏ ਹੈ ਜਰਸੀ ਤੇ ਫਰੀਦੀਆਂ ਨਹੀਂ ਜਰਸੀ ਫਰੀਦੀਆਂ ਦਾ ਕਰਾਸ ਹੋਵੇ ਦੀ ਸੂਈ ਕਿੰਨਿਆਂ ਦਿਨਾਂ ਦੀ ਹੈ ਸੂਈ ਵੈੜੀ ਅੱਜ ਸਵੇਰ ਸਾਡੇ ਡੇਰੇ ਤੇ 5 ਵਜੇ ਜੇਰ ਮੁਕੰਮਲ ਪੈ ਗਈ ਤੂੰ ਮੁਕੰਮਲ ਕੀ ਬਾਤ ਹੈ ਜੀ ਮਾਸ਼ਾਅੱਲਾ ਲਓ ਜੀ ਆਪਣੇ ਡੇਰੇ ਤੇ ਸੂਈ ਹੈ ਗੁਜਰ ਸਾਹਿਬ ਦੇ ਤੇ ਥਾਣੇ ਜਿਹੜੇ ਤਸੱਲੀ ਨਾਲ ਪਾਸ ਹੋਏ ਨੇ ਮੈਂ ਕਹਿੰਦਾ ਜੇਰ ਮੁਕੰਮਲ ਪੈ ਗਈ ਤੂੰ ਛੜੇ ਥਾਣ ਪਾਸ ਨਹੀਂ ਹੋਏ ਜੀ ਗੁਜਰ ਸਾਹਿਬ ਇਧਰ ਲਿਆ ਅੱਛਾ 10-11 ਕਿਲੋ ਬੋਲਾ ਕੱਢਿਆ ਪਹਿਲਾਂ 10 ਤੋਂ 11 ਲੀਟਰ ਬੋਲਾ ਕੱਢ ਦਰਿਆ ਪਹਿਲਾਂ ਵਛੇ ਨੂੰ ਰਜਾ ਕੇ ਨਾਲੇ ਥਣ ਚੈੱਕ ਕੀਤੇ ਨੇ ਨਾਲੇ ਗਾਂ ਨੇ ਤਾਂ ਬਹਿ ਕੇ ਜੇਰ ਸੱਟੀਏ ਉਰਾ ਨੇੜੇ ਹੋ ਜ਼ਿੰਦਾਬਾਦ ਮਾਸ਼ਾਅੱਲਾ ਪਤਾ ਕੀ ਹੈ ਜੀ ਇਧਰ ਵੇਖ ਨਾ ਇਹ ਇੱਥੇ ਟਿਕੜ ਹੈ ਜੀ ਇਹ ਪੋਲੀ ਹੋਈ ਹੈ ਜੀ ਤਾਂ ਹੀ ਇਹ ਢਿੱਲੀ ਹੋ ਗਈ ਹੈ ਚੋਈ ਜੀ ਠੀਕ ਹੈ ਉਹ ਨਜ਼ਰ ਪਿਆ ਆਉਂਦਾ ਅੱਛਾ ਥਣ ਜਿਹੜਾ ਇਸ ਤਰ੍ਹਾਂ ਦਾ ਸਾਰੀਆਂ ਗਾਵਾਂ ਨੂੰ ਨਹੀਂ ਹੁੰਦਾ ਨਹੀਂ ਲੱਗਦਾ ਠੀਕ ਹੈ ਜੀ ਇਹ ਹੀ ਗੱਲ ਹੈ ਗੁਜਰ ਸਾਹਿਬ ਮਾਸ਼ਾਅੱਲਾ ਫਿਰ ਅੱਗੋਂ ਚਿਹਰਾ ਵਹਾ ਵੈੜੀ ਦਾ ਕੀ ਬਾਤ ਹੈ ਜੀ ਠੀਕ ਹੈ ਜ਼ਿੰਦਾਬਾਦ ਲੋ ਜੀ ਸ਼ਕਲ ਵੇਖ ਲੈਣੀ ਹੈ ਥਣ ਲਬਾਸ ਭਰਾਵਾਂ ਦੇ ਸਾਹਮਣੇ ਵੇ ਗੁਜਰ ਸਾਹਿਬ ਕੀ ਮੁੱਲ ਹੈ ਗਾਂ ਨੰਬਰ 2 ਦਾ ਮੁੱਲ ਲੰਮਾ ਚੌੜਾ ਨਹੀਂ ਲੈਣਾ ਜੀ ਵੈੜੀ ਸਾਡੀ 7 ਲੱਖ ਦੀ ਅੱਛਾ ਲੇਕਿਨ ਜਿਹੜੇ ਭਰਾ ਨੂੰ ਚੰਗੀ ਲੱਗੀ ਅੱਛਾ ਚੋਖੀ ਜੀ ਜਿਹਨੇ ਦੁੱਧ 24-25 ਕਿਲੋ ਚੋਣਾ ਠੀਕ ਹੋ ਗਿਆ ਗੁਜਰ ਸਾਹਿਬ ਇਸ ਤਰ੍ਹਾਂ ਦਾ ਥਣ ਘੱਟ ਲੱਭਦਾ ਜੀ ਜ਼ਿੰਦਾਬਾਦ 5-45 ਦੀ ਫਾਈਨਲ ਦੇ ਸਣਾ 5,45,000 ਦੀ ਗਾਂ ਨੰਬਰ 2 ਫਾਈਨਲ ਦੇ ਦੇਣਾ ਦੇ ਜਿਹੜੇ ਵੀ ਕਿਸੇ ਭਰਾ ਦੇ ਆ ਗਈ ਪਸੰਦ ਇੱਕ ਬੋਲੀ ਨਿਕਲੀ ਹੈ ਦੂਜਾ ਬੋਲਾ ਮਾਲਕਾਂ ਨੇ ਚੋਣਾ ਤੇ ਜੇਰ ਜਿਹੜੀ ਮੁਕੰਮਲ ਪੈ ਗਈ ਹੈ ਉਹਦੀ ਗਰੰਟੀ ਹੋਵੇ ਜੀ ਉਹ ਸਾਡੀ ਘਰ ਗਈ ਦੀ ਵੀ ਜੇਰ ਅੰਦਰ ਹੋਵੇ ਤੇ ਅਸੀਂ ਜਵਾਬਦਾਰ ਜ਼ਿੰਦਾਬਾਦ ਮਾਸ਼ਾਅੱਲਾ ਕੀ ਬਾਤ ਹੈ ਜੀ ਅੱਗੇ ਲਿਆਓ ਜੀ ਗਾਂ ਨੰਬਰ 3 ਕੀ ਬਾਤ ਹੈ ਜੀ ਥਣ ਸੋਹਣਾ ਲੱਗੇ ਹੋਵੇ ਤਾਂ ਗਾਂ ਨੂੰ ਤਸੱਲੀ ਨਾਲ ਭਰਾਵਾਂ ਵੇਖ ਲੈਣੀ ਹੈ ਜੀ ਵੀ ਇਹ ਸਭ ਲੈਣੇ ਦੇਣੇ ਨਸੀਬ ਨੇ ਗਾਵਾਂ ਅੱਜ 5 ਹੀ ਬ੍ਰਾਂਡ ਬਣਦੀਆਂ ਅੱਗੇ ਆਈ ਜੀ ਗਾਂ ਨੰਬਰ 3 ਲਓ ਜੀ ਗਾਂ ਨੰਬਰ ਅੱਗੇ ਆ ਗਈ ਜੀ 3 ਮਾਸ਼ਾਅੱਲਾ ਗੁਜਰ ਸਾਹਿਬ ਕੀ ਸਵਾਲ ਆਇਆ ਗਾਂ ਨੇ ਬਲਾਲ ਦੂਜਾ ਸੂਆ ਲਾਇਆ ਸੂ ਦੂਸਰਾ ਸੂਆ ਗਾਂ ਨੇ ਲਾਇਆ ਕਿੰਨੇ ਦਿਨਾਂ ਦੀ ਸੂਈ ਦਿਹਾੜੇ ਦੀ ਗਾਂ ਸੂਈ ਜੀ ਅੱਜ ਦੂਸਰਾ ਦਿਨ ਬਣਦਾ ਦੂਸਰਾ ਦਿਨ ਨੇ ਗਾਂ ਨੂੰ ਸੂਈ ਨੂੰ ਮਗਰ ਗਾਂ ਨੇ ਕੀ ਮਗਰ ਵੱਛਾ ਜਿਹੜਾ ਉਹ ਫਤਿਹ ਜੰਗੀ ਹੋਵੇ ਦਾ ਜੀ ਮਾਸ਼ਾਅੱਲਾ ਜੀ ਲੋ ਜੀ ਵੱਛਾ ਇੱਕ ਵਾਰੀ ਭਰਾਵਾਂ ਨੂੰ ਵਹਾਣਾ ਤਸੱਲੀ ਨਾਲ ਮਾਸ਼ਾਅੱਲਾ ਗੁੱਟ ਵਾਲਾ ਗੁੱਟ ਕੀ ਬਾਤ ਹੈ ਜੀ
ਲੋ ਜੀ ਵੱਛਾ ਭਰਾਵਾਂ ਨੇ ਵੇਖ ਲੈਣਾ ਆਪ ਕਿਹੜਾ ਮਾੜੀ ਜੀ ਜ਼ਿੰਦਾਬਾਦ ਜੀ ਥਣ ਮੁੱਠ ਮੁੱਠ ਦਾ ਤੇ ਦੋ ਰੰਗਾ ਅੱਛਾ ਦੋਹਾਂ ਦਿਨਾਂ ਦੀ ਸੂਈ ਏ ਹਾਜ਼ਰ ਮੋਕਿਆ ਕਿੰਨਾ ਕੁ ਹੋਵੇ ਦਾ ਬੋਲਾ ਮੋਕਿਆ ਜਿਹੜਾ ਬੋਲਾ ਬਚਾਉਂਦੇ ਆ ਤਕਰੀਬਨ 8 ਕਿਲੋ ਡੈਮ ਦਾ ਥਣ ਚਾਰੇ ਸੋਨੇ ਆਣ ਵਣ ਦੇ ਖਾਣ ਪੀਣ ਦੀ ਖਾਣ ਪੀਣ ਦੀ ਬਹਾਦਰ ਜੇਰ ਕਲੀਅਰ ਮਾਸ਼ਾਅੱਲਾ ਕੋਈ ਨੁਕਸ ਹੋਵੇ ਕਿਸੇ ਦੇ ਘਰ ਜਾ ਕੇ ਵੀ ਸਾਡੀ ਬੋਲਾ ਕਿੰਨਾ ਦੱਸਿਆ ਜੀ ਬੋਲਾ 8 ਕੁ ਕਿਲੋ ਇਸ ਟਾਈਮ ਦਾ ਪੱਕਾ 8 ਸੇ ਟਾਈਮ ਦਾ ਕੋਈ ਵੀ ਭਰਾ ਆਪਣਾ ਆ ਜੇ ਤੇ ਆਣ ਕੇ ਪੂਰਾ ਕਰ ਸਕਦਾ ਮੈਂ ਕਹਿੰਦਾ ਭਾਵੇਂ ਘਰ ਜਾ ਕੇ ਚੋਏ ਮਾਸ਼ਾਅੱਲਾ ਗੁਜਰ ਸਾਹਿਬ ਕੀ ਮੁੱਲ ਹੈ ਗਾਂ ਨੰਬਰ 3 ਦਾ ਮੁੱਲ ਲੰਮਾ ਚੌੜਾ ਕੋ ਨਹੀਂ ਜਿਹੜੇ ਭਰਾ ਨੂੰ ਪਸੰਦ ਆਈ 5-65 ਦੀ ਦੇ ਦੇਣਾ 5,65,000 ਦੀ ਗਾਂ ਨੰਬਰ 3 ਦੇ ਦੇਣਾ ਦੇ ਜਿਹੜੇ ਵੀ ਕਿਸੇ ਭਰਾ ਦੇ ਪਸੰਦ ਆ ਗਈ ਗਾਂ ਤਸੱਲੀ ਨਾਲ ਵੇਖ ਲੈਣੀ ਹੈ ਮਗਰ ਵੱਛਾ ਜਿਹੜਾ ਉਹ ਵੀ ਵੇਖ ਲੈਣਾ ਹੈ ਇੱਕ ਸਾਲ ਦੁੱਧ ਪੀ ਗਿਆ ਨਾ ਤੇ ਗਾਂ ਦੀ ਕੀਮਤ ਕੱਢ ਦੇ ਜਿਹੜੀ ਨਸਲ ਦਾ ਵੱਛਾ ਨਹੀਂ ਲੱਭਦੇ ਆਣ ਅੱਗੇ ਲਿਆਓ ਜੀ ਗਾਂ ਨੰਬਰ 4 ਮਾਸ਼ਾਅੱਲਾ ਜੋੜਾ ਪਿਆਰਾ ਗੁਜਰ ਸਾਹਿਬ ਦਿਲ ਕਰਦੇ ਹੀ ਕਰਦਾ ਕਿ ਉਹ ਜੋੜਾ ਹੀ ਪੇ ਵਹਾਓ ਫਰਮਾਇਸ਼ੀ ਵਹਾਣਾ ਇਹਨੂੰ ਐਂਡ ਤੇ ਇਹ ਐਂਡ ਤੇ ਵਹਾਣੀ ਹੈ ਇੰਜ ਦੀਆਂ ਗਾਵਾਂ ਰੋਜ਼ ਰੋਜ਼ ਨਹੀਂ ਲੱਭਦੀਆਂ ਲਓ ਜੀ ਗਾਂ ਨੰਬਰ ਆ ਗਈ ਜੀ 4 ਇਹ ਆਈ ਜੀ ਫਰਮਾਇਸ਼ੀ ਤੇ ਜਿਹੜੀ ਐਂਡ ਤੇ ਉਹ ਭਰਾਵਾਂ ਨੂੰ ਵਹਾਵਾਂਗੇ ਤਸੱਲੀ ਨਾਲ ਮਾਸ਼ਾਅੱਲਾ ਗੁਜਰ ਸਾਹਿਬ ਇਹ ਕੀ ਫਰਮਾਇਸ਼ੀ ਹੈ ਕਿਤਨੇ ਚਿਰ ਦੀ ਸੂਈ ਜੇ ਬਲਾਲ ਹੈ ਕੋਈ ਪਤਾ ਨਹੀਂ ਅੱਛਾ ਬਈ ਸੂਈ ਨੂੰ ਕੋਈ 4 ਮਹੀਨਿਆਂ ਦੀ ਹੈ ਜਾਂ 5 ਦੀ ਇਹ ਕੋ ਨਹੀਂ ਪਤਾ ਕਿੰਨੇ ਚਿਰ ਦੀ ਸੂਈ ਹੈ 18-20 ਦਿਹਾੜੇ ਹੋਏ ਨੇ ਟੀਕਾ ਲੱਗੇ ਆ ਅਗੂ ਜੀ ਠੀਕ ਹੈ ਜੀ ਅੱਛਾ ਗੁਜਰ ਸਾਹਿਬ ਮਾਸ਼ਾਅੱਲਾ ਸੂਣ ਵਾਲਾ ਜੀ ਦੁੱਧ ਹੋਵੇ ਤਾਂ 9 ਕਿਲੋ ਇਸ ਟਾਈਮ ਪੱਕਾ ਇਸ ਟਾਈਮ ਅਸੀਂ ਗਰੰਟੀ ਦਿਆਂਗੇ 7 ਕਿਲੋ ਦੀ ਥਾਣੇ ਜਿਹੜਾ ਮੁੱਠ ਮੁੱਠਾ ਲੱਗਿਆ ਹੋਵੇ ਦਾ ਕੁਝ ਹੋਵੇ ਪਹਾੜੇ ਤੇ ਨਾ ਮਿਲੇ ਕਿਸੇ ਦੇ ਘਰ ਜਾ ਕੇ ਵੀ ਸਾਡੀ ਜ਼ਿੰਦਾਬਾਦ ਮਾਸ਼ਾਅੱਲਾ ਠੀਕ ਹੈ ਜੀ ਕੀ ਬਾਤ ਹੈ ਜੀ ਅੱਜ 18-20 ਦਿਹਾੜੇ ਹੋਏ ਨੇ ਅਗੂ ਕ੍ਰਾਸ ਹੋ ਗਈ 18-20 ਦਿਨ ਹੋ ਗਏ ਨੇ ਕ੍ਰਾਸ ਹੋਈ ਨੂੰ ਅਗੂ ਨਸੀਬ ਭਰਾਵਾਂ ਦੇ ਠੀਕ ਹੋ ਗਿਆ ਮਾਸ਼ਾਅੱਲਾ ਤੇ ਦੁੱਧ ਕਿੰਨਾ ਕੋਈ ਇਸ ਟਾਈਮ ਹਾਜ਼ਰ ਮੋਕਿਆ ਦੁੱਧ ਹਾਜ਼ਰ ਵਕਤ 9 ਕਿਲੋ ਅਸੀਂ ਦਿਆਂਗੇ 7 ਕਿਲੋ ਦੀ ਗਰੰਟੀ ਠੀਕ ਹੋ ਗਿਆ ਜੀ ਪਹਾੜੇ ਤੇ ਨਾ ਮਿਲੇ ਜੀ ਕੋਈ ਥਣਾ 'ਚ ਮਸਲਾ ਹੋਵੇ ਸਾਡੀ ਮਾਸ਼ਾਅੱਲਾ ਠੀਕ ਹੈ ਕਿਆ ਬਾਤ ਹੈ ਜੀ ਸਾਊ ਸੀ ਲਵੇ ਦੀ ਪੂਰੀ ਮੈਂ ਕਹਿੰਦਾ ਵੰਗਾ ਪਾਓ ਜਾਂ ਨਾ ਪਾਓ ਕੀ ਮੁੱਲ ਹੈ ਗੁਜਰ ਸਾਹਿਬ ਫਰਮਾਇਸ਼ੀ ਦਾ ਲੰਮਾ ਚੌੜਾ ਕੋ ਨਹੀਂ ਜਿਹੜੇ ਭਰਾ ਨੂੰ ਪਸੰਦ ਆਈ ਨਾ ਅੱਛਾ ਜਰਸੀ ਤੇ ਫਰੀਦੀਆਂ ਦਾ ਕ੍ਰਾਸ ਹੈ ਜੀ ਉਹਨਾਂ ਦਾ ਪਿਆਮਦਾ ਹੈ ਉਹਨੂੰ ਦੇ ਸਣਾ ਦੇ 2-65 2,65,000 ਦੀ ਗਾਂ ਨੰਬਰ 4 ਤੇ ਇਹਦਰਾਂ ਦੇ ਜਿਹੜੇ ਵੀ ਕਿਸੇ ਭਰਾ ਦੇ ਆ ਗਈ ਪਸੰਦ ਗਾਂ ਤਸੱਲੀ ਨਾਲ ਵੇਖ ਲੈਣੀ ਹੈ ਥਾਣ ਲਬਾਸ ਵੀ ਤੇ ਬੁੱਤੀ ਵੀ ਮਾਸ਼ਾਅੱਲਾ ਲਓ ਜੀ ਗਾਂ ਇੱਕ ਹੋਰ ਵੱਡੀ ਹੈ ਵੇ 6ਵੀਂ ਬਾਰਾਂ ਲੋ ਗਾਂ ਹੋਵੇ ਜੀ ਕੱਚੀ ਉਹ ਫੇਰ ਵਹਾਵਾਂਗੇ ਇੰਜ ਨਹੀਂ ਵਹਾਣੇ ਵਾਲੀ ਆ ਉਹ ਅੱਗੇ ਲਿਆਓ ਜੀ 5 ਨੰਬਰ ਹੈ ਜਿਹਦਾ ਅੱਜ ਟਾਈਮ ਹੈ ਉਹ ਵਹਾਓ ਹਾਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਕਿਆ ਬਾਤ ਹੈ ਜ਼ਿੰਦਾਬਾਦ ਗੁਜਰ ਸਾਹਿਬ ਮਾਸ਼ਾਅੱਲਾ ਜੀ ਦਲਿਆਰਾ ਲਾ ਦੋ ਗਾਂ ਤਸੱਲੀ ਨਾਲ ਇੱਕ ਵਾਰੀ ਭਰਾਵਾਂ ਨੂੰ ਵੇਖਣ ਦਿਓ ਸ਼ੌਕ ਕਰਨ ਦਿਓ ਭਰਾਵਾਂ ਨੂੰ ਇੰਜ ਦੀਆਂ ਕਿੱਥੋਂ ਰੋਜ਼ ਰੋਜ਼ ਆਉਂਦੀਆਂ ਜੀ ਮਾਸ਼ਾਅੱਲਾ ਕਿਆ ਬਾਤ ਹੈ ਜੀ ਗੁਜਰ ਸਾਹਿਬ ਕੀ ਸਵਾਲ ਆਏ ਜੀ ਗਾਂ ਸੂਆ ਬੈਠੀ ਨੇ ਲਾਣਾ ਦੂਜਾ ਬਲਾਲ ਜੀ ਗੱਲ ਪਤਾ ਕੀ ਹੈ ਅੱਛਾ ਗਾਂ ਤਸੱਲੀ ਨਾਲ ਟੋਰੋ ਵੇਖਣ ਦੇ ਭਰਾਵਾਂ ਜੀ ਗੁਜਰ ਸਾਹਿਬ ਯਾਰ ਮੈਂ ਯਾਰ ਮਾ ਸੂਆ ਸੂਈ ਹੋਵੇ ਨਾ ਜੀ ਤੇ ਉਹ ਕਹਿੰਦੇ ਨੇ ਸਾਡੀ ਦੂਜਣ ਜੀ ਇਹ ਦੂਜਣ ਹੀ ਦੂਸਰਾ ਸਵਾ ਇਸ ਗਾਂ ਨੇ ਲਾਣਾ ਠੀਕ ਹੈ ਜੀ ਗਰੰਟੀ ਨਾਲ ਮੂੰਹ ਵਿੱਚੋਂ ਇਧਰ ਆ ਮੂੰਹ ਵੀ ਵਹਾਵਾਂਗੇ ਜੀ ਮੂੰਹ ਪੱਟ ਕੇ ਤਸੱਲੀ ਨਾਲ ਵਹਾਵਾਂਗੇ ਗਾਂ ਭਰਾਵਾਂ ਨੇ ਵੇਖ ਲੈਣੀ ਹੈ ਲਿਬਾਸ ਵੇਖ ਲੈਣਾ ਜਿਹੜਾ ਲਿਬਾਸ ਹੈ ਨਾ ਇਸ ਗਾਂ ਦਾ ਲਿਬਾਸ ਇੰਜ ਦਾ ਸਾਰੀਆਂ ਗਾਵਾਂ ਦਾ ਨਹੀਂ ਹੁੰਦਾ ਪੀੜਾ ਜੀ ਮਾਸ਼ਾਅੱਲਾ ਕਿਆ ਬਾਤ ਹੈ ਜੀ ਲਓ ਜੀ ਮੂੰਹ ਪੱਟ ਕੇ ਭਰਾਵਾਂ ਨੂੰ ਇੱਕ ਵਾਰੀ ਵਹਾਨੇ ਆ ਤਸੱਲੀ ਨਾਲ ਇਹਨੂੰ ਆਖਦੇ ਨੇ 6 ਦੰਦ ਜੀ ਵੇਖ ਲੈਣੀ ਹੈ ਜੀ ਤਸੱਲੀ ਨਾਲ ਕੰਨੀਆਂ ਦੇ ਜਿਹੜੇ ਦੰਦ ਨੇ ਉਹ ਗਾਂ ਬਰਾਬਰ ਵੀ ਕਰਦੀ ਮਾਸ਼ਾਅੱਲਾ
ਤੇ ਫਿਰ ਰੰਗ ਨੇ ਜਿਹੜੇ ਉਹ ਦੋ ਹੀ ਨੇ, ਤੀਸਰਾ ਰੰਗ ਨਹੀਂ ਆਉਣ ਲੱਗਾ ਮਾਸ਼ਾਅੱਲਾ। ਤੇ ਥਾਣੇ ਜਿਹੜਾ ਕਾਲਾ ਸੋਹਣਾ। ਅੱਛਾ ਜੀ ਗੁਜਰ ਸਾਹਿਬ ਮਾਸ਼ਾਅੱਲਾ, ਕੋਈ ਪਤਾ ਹੀ ਨਹੀਂ ਉਹਨੂੰ ਸੋਹਣ ਦਾ, ਕੀ ਬਾਤ ਹੈ ਜੀ। ਅਜੇ 5 ਤਰੀਕ ਵਾਲੇ ਦਿਹਾੜੇ, ਇਹਦੇ ਦਿਹਾੜੇ ਪੂਰੇ 5 ਤਰੀਕ ਨੂੰ ਇਹਦੇ ਦਿਨ ਪੂਰੇ ਨੇ ਇਸ ਗਾਂ ਦੇ। 26-27 ਤਰੀਕ ਹੋਵੇ ਜੀ। ਜੀ 26 ਅੱਜ ਜੀ, ਠੀਕ ਹੋ ਗਿਆ। 4 ਦਿਨ ਨੇ, 9-10 ਦਿਹਾੜੇ ਜਿਹੜੇ ਨੇ ਉਹ ਗਾਂ ਦੇ ਆਏ ਨੇ। ਪਿਛਲੇ ਸੂਏ ਦਾ ਗਾਂ ਦਾ ਕੀ ਰਿਕਾਰਡ ਹੈ? ਪਿਛਲੇ ਸੂਏ 15 ਕਿਲੋ ਟਾਈਮ ਦਾ ਦੁੱਧ ਪਹਿਲਣ ਦਾ ਪਹਿਲਣ ਦਿੰਦੀ ਰਹੀ। ਇਹ ਨਸਲ ਏ, ਇਹਨੂੰ ਕੋਈ ਭਾਰ ਨੀ ਦੁੱਧ ਦਿੰਦੀਆਂ ਮਾਸ਼ਾਅੱਲਾ। ਬਰਲ ਗੁਜਰ ਸਾਹਿਬ ਮਾਸ਼ਾਅੱਲਾ, ਇੰਜ ਦੀਆਂ ਸੋਹਣੀਆਂ ਵੀ ਇਹਦੇ ਨਾਲ ਦੀਆਂ ਘੱਟ ਘੱਟ ਹੀ ਹੁੰਦੀਆਂ। ਅੱਲਾ ਪਾਕ ਦੀ ਜ਼ਿੰਦਗੀ ਕਰੇ, ਜਿਸ ਪਾਸੇ ਜਾਣਾ ਸੂ ਜੀ, ਅੱਲਾ ਉਹਨਾਂ ਦੇ ਨਸੀਬ ਕਰੇ ਜਿਹਨਾਂ ਲੈਣੀ। ਤੇ ਲੰਬਾਈ ਵੇਖੋ ਨਾ, ਫਿਰ ਰੋਜ਼ ਪੈਦਾ ਨਹੀਂ ਹੁੰਦੀਆਂ ਜੀ, ਡੰਗਰ ਭਲੀਓ ਭਲੀ ਜੀ, ਇਹੀ ਗੱਲ ਹੈ ਮਾਸ਼ਾਅੱਲਾ। ਜ਼ਿੰਦਾਬਾਦ ਗੁਜਰ ਸਾਹਿਬ। ਕੀ ਮੁੱਲ ਹੈ ਗੁਜਰ ਸਾਹਿਬ ਗਾਂ ਨੰਬਰ 5 ਦਾ, ਜਿਹੜੇ ਵੀ ਕਿਸੇ ਭਰਾ ਦੇ ਪਸੰਦ ਆ ਜੇ? ਤੇ ਜੀ ਇਹੋ ਜਿਹੇ ਤੋਹਫਿਆਂ ਦਾ ਮੁੱਲ ਨਹੀਂ ਜੀ ਹੁੰਦਾ ਤੇ ਨਹੀਂ ਬਰਾਲ ਹੁਣ ਗਾਂ ਨੂੰ ਤਿਆਰ ਹੋ ਲੈਣ ਦੇ। ਅੱਛਾ, ਜੇ ਕਿਸੇ ਭਰਾ ਦੇ ਆ ਗਈ ਪਸੰਦ ਜੀ, ਉਹਨੂੰ ਦੇ ਸੜਾਂ ਦੇ, ਠੀਕ ਹੋ ਗਿਆ। ਇਹਦਾ ਮੁੱਲ ਕਿਹੜਾ ਵਹਾਈ ਜੀ? ਠੀਕ ਹੈ, ਚਲੋ ਅੱਲਾ ਹੈਰ ਕਰੇ, ਹੈਰ ਹੋਣੀ ਚਾਹੀਦੀ ਏ। ਨੰਬਰ ਉੱਤੇ ਲੱਗੇ ਨੇ ਜਿਹੜੇ ਕਿਸੇ ਭਰਾ ਦੇ ਇਸ ਹਾਲਤ ਜੀ ਗਾਂ ਪਸੰਦ ਆ ਗਈ, ਨੰਬਰ ਲੱਗੇ ਆ, ਰਾਬਤਾ ਕਰ ਲੈਣਾ। ਬਾਕੀ ਜਿਹੜੀਆਂ ਬਹਾਦਰੀਆਂ ਨੇ ਪੰਜੇ ਤੁਹਾਨੂੰ ਤਸੱਲੀ ਨਾਲ। ਲੋ ਜੀ, ਅੱਲਾ ਪਾਕ ਮੁਲਕੇ ਪਾਕਿਸਤਾਨ ਨੂੰ ਆਪਣੇ ਜ਼ਿਮਾਨ ਚ ਰੱਖੇ ਰਹਿਣ ਦੀ ਦੁਨੀਆ ਤੱਕ ਇਨਸ਼ਾਅੱਲਾ। ਅੱਛਾ ਗੁਜਰ ਸਾਹਿਬ, ਭਾਈ ਹੋਰ ਇਹਨਾਂ ਨੇ ਮੈਸੇਜ ਵੀ ਕੀਤਾ ਹੈ, ਕਾਲ ਵੀ ਕੀਤੀ ਨੇ। ਭਾਈ ਸਦਾਮ ਗੁਜਰ ਪਿੰਡ ਲਖਣਵਾਲ ਹਾਲ ਮੁਕੀਮ ਸਾਊਦੀ ਅਰਬ, ਉਹਨਾਂ ਨੇ ਆਖਿਆ ਗੁਜਰ ਸਾਹਿਬ ਨੂੰ ਮੇਰਾ ਸਲਾਮ ਦੇਣਾ। ਮੇਰੇ ਜ਼ਿਹਨ ਚ ਆ ਗਿਆ, ਮੈਂ ਆਖਿਆ ਗੁਜਰ ਸਾਹਿਬ ਨੂੰ ਸਲਾਮ ਦੇ। ਵਾਲੇਕੁਮ ਸਲਾਮ ਜੀ, ਸਾਡੀ ਤਰਫੋਂ ਵੀ ਉਹਨਾਂ ਨੂੰ ਸਲਾਮ। ਵੀਡੀਓ ਜਿਸ ਟਾਈਮ ਚੜੇ ਨਾ, ਕੋਈ ਵੀ ਵੀਡੀਓ ਦਰਗਾਣਾ ਚੈਨਲ ਤੇ ਪਹਿਲਾ ਕਮੈਂਟ ਹੈ ਜਿਹੜਾ ਉਹ ਭਾਈ ਰਣ ਦਾ ਹੁੰਦਾ ਹੈ। ਅੱਲਾ ਪਾਕ ਉਹਨਾਂ ਦੀ ਲੰਬੀ ਜ਼ਿੰਦਗੀ ਦਰਾਜ਼ ਕਰੇ। ਲੋ ਜੀ, ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਮਿਲਾਂ ਦੇ, ਕਿਸੇ ਵੀਡੀਓ ਦੇ ਨਾਲ ਦਿਓ ਜਾਤ ਰੱਬ ਰੱਖ ਅੱਲਾ ਸੁਣਨ ਵਾਲੇ ਨਾਰੇ ਦੀ ਆਵਾਜ਼ ਆਵੇ। ਤਾਂ ਹੀ ਦਾਲੇ ਹੁਕਮੇ ਨਬੂਅਤ ਪਾਕਿਸਤਾਨ।